ਜੋ ਕੋਈ ਵੀ ਡਾਕਟਰ ਪ੍ਰਿਯੰਕਾ ਰੈਡੀ ਨਾਲ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਬਾਰੇ ਸੁਣਦਾ ਹੈ ਤਾਂ ਇੱਕ ਵਾਰ ਤਾਂ ਜ਼ਰੂਰ ਹਰ ਇਨਸਾਨ ਦੀ ਰੂਹ ਕੰਬੀ ਹੋਵੇਗੀ। ਕੀ ਬੀਤੀ ਹੋਵੇਗੀ ਪ੍ਰਿਯੰਕਾ ਰੈਡੀ ਤੇ ਜਦੋਂ ਉਸ ਨਾਲ ਗੈਂਗ ਰੇਪ ਹੋ ਰਿਹਾ ਸੀ। ਰੇਪ ਤੋਂ ਬਾਅਦ ਸ਼ਾਇਦ ਉਸ ਨੂੰ ਲੱਗਿਆ ਹੋਵੇਗਾ ਕਿ ਦਰਿੰਦੇ ਉਸ ਨੂੰ ਛੱਡ ਦੇਣਗੇ, ਪਰ ਦਰਿੰਦਿਆਂ ਦੀ ਦਰਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ। ਚਾਰੋਂ ਵੈਸ਼ੀ ਦਰਿੰਦੇ ਆਪਣੀ ਹਵਸ ਪੂਰੀ ਕਰਨ ਤੋਂ ਬਾਅਦ ਦਰਦ ਨਾਲ ਕੁਰਲਾ ਰਹੀ ਪ੍ਰਿਯੰਕਾ ਰੈਡੀ ਨੂੰ ਜ਼ਿੰਦਾ ਜਲਾ ਦਿੰਦੇ ਨੇ। ਕਹਾਣੀ ਪ੍ਰਿਯੰਕਾ ਰੈਡੀ ਦੀ ਮੌਤ ਨਾਲ ਹੀ ਖਤਮ ਨਹੀਂ ਹੁੰਦੀ, ਪਿੱਛੇ ਉਸ ਦਾ ਪਰਿਵਾਰ ਵੀ ਹੈ ਜੋ ਸ਼ਾਇਦ ਪੂਰੀ ਜ਼ਿੰਦਗੀ ਇਸ ਦਰਦ ਨੂੰ ਸਹਿੰਦਾ ਰਹੇਗਾ। ਚਾਹੇ ਅੱਜ ਇਸ ਗੈਂਗਰੇਪ ਦੇ ਦੋਸ਼ੀਆਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ, ਪਰ ਕੀ ਇਹ ਸਿਲਸਿਲਾ ਇੱਥੇ ਹੀ ਖਤਮ ਹੋ ਜਾਵੇਗਾ? ਇਸ ਦਾ ਜਵਾਬ ਤਾਂ ਸਾਨੂੰ ਵੀ ਨਹੀਂ ਪਤਾ। ਪ੍ਰਿਯੰਕਾ ਰੈਡੀ ਦੇ ਗੈਂਗਰੇਪ ਦੀ ਖਬਰ ਹਰ ਚੈਨਲ ਵੱਲੋਂ ਚਲਾਈ ਗਈ, ਪਰ ਇਹ ਹਰ ਕਿਸੇ ਲਈ ਇੱਕ ਖਬਰ ਹੀ ਸੀ। ਜਦੋਂ ਮ੍ਰਿਤਕ ਪ੍ਰਿਯੰਕਾ ਰੈਡੀ ਦੇ ਪਰਿਵਾਰ ਨੇ ਆਪਣੀ ਧੀ ਦੀ ਮ੍ਰਿਤਕ ਦੇ ਦੇਖੀ ਤਾਂ ਉਸ ਪਲ ਦੇ ਦਰਦ ਨੂੰ ਬਿਆਨ ਕਰਨਾ ਸੌਖਾ ਨਹੀਂ ਹੈ। ਆਓ ਇੱਕ ਵਾਰ ਫਿਰ ਤੋਂ ਉਹ ਵੀਡੀਓ ਦੇਖਦੇ ਹਾਂ ਤਾਂ ਜੋ ਕਿ ਇਹ ਵੀਡੀਓ ਦੇਖਣ ਵਾਲੇ ਹਰ ਕਿਸੇ ਦੇ ਦਿਲ ਵਿੱਚ ਚੀਸ ਉੱਠੇ। ਮ੍ਰਿਤਕ ਪ੍ਰਿਯੰਕਾ ਰੈਡੀ ਦੀ ਭੈਣ ਦੀਆਂ ਧਾਹਾਂ ਨੇ ਹਰ ਕਿਸੇ ਦੀਆਂ ਅੱਖਾਂ ਤਾਂ ਨਮ ਜ਼ਰੂਰ ਕੀਤੀਆਂ ਹੋਣਗੀਆਂ। ਸ਼ਾਇਦ ਐਨਕਾਊਂਟਰ ਦੇ ਨਾਲ ਪ੍ਰਿਯੰਕਾ ਰੈਡੀ ਦੀ ਆਤਮਾ ਨੂੰ ਸ਼ਾਂਤੀ ਵੀ ਮਿਲ ਗਈ ਹੋਵੇਗੀ। ਬੇਸ਼ੱਕ ਸਾਡੀ ਧੀ ਇਸ ਦੁਨੀਆ ਵਿੱਚੋਂ ਚਲੀ ਗਈ ਹੈ, ਪਰ ਆਪਣੇ ਆਖਰੀ ਪਲਾਂ ਦੌਰਾਨ ਸਾਡੀ ਧੀ ਨੇ ਇਹ ਜ਼ਰੂਰ ਸੋਚਿਆ ਹੋਵੇਗਾ ਕਿ ਪਤਾ ਨਹੀਂ ਇਹ ਸਿਲਸਿਲਾ ਕਦੋਂ ਤੱਕ ਜਾਰੀ ਰਹੇਗਾ ਅਤੇ ਕਿੰਨੀਆਂ ਕੁੱਤੀਆਂ ਇਸੇ ਤਰ੍ਹਾਂ ਆਪਣੇ ਸੁਪਨੇ ਸਾਕਾਰ ਕਰਨ ਤੋਂ ਪਹਿਲਾਂ ਹੈਵਾਨਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਣਗੀਆਂ। ਬਿਊਰੋ ਰਿਪੋਰਟ, ਰੰਗਲਾ ਟੀਵੀ।